ਇੱਥੇ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਦੇ ਵਿੱਚ ਇੱਕ ਚੌਂਕ ਪੈਂਦਾ ਹੈ, ਦੈਟ ਇਜ਼ ਕਾਲਡ ਲੇਬਰ ਚੌਂਕ। ਉਹਦੇ ਵਿੱਚ ਇੱਕ ਢਾਬਾ ਸੀਗਾ ਜਿਹੜਾ ਮ੍ਰਿਤਕ ਪਵਨ ਕੁਮਾਰ ਹੈ ਉਹ ਇਹਨੂੰ ਚਲਾਉਂਦਾ ਸੀਗਾ ਜੀ। ਉਹ ਇਸ ਇਹਨਾਂ ਦਾ ਕੋਈ ਮਾੜੀ ਮੋਟੀ ਲੋਹੜੀ ਵਾਲੇ ਦਿਨ ਵੀ ਕੋਈ ਇਹਨਾਂ ਦਾ ਬੋਲਬੁਲਾਰਾ ਹੋਇਆ ਮ੍ਰਿਤਕ ਦਾ ਔਰ ਜਿਹਨੇ ਕਲਪ੍ਰਿਤ ਦਾ। ਤੋ ਇਹਨਾਂ ਰਾਤ ਉਹਨੇ ਇਹਦੇ ਬੋਤਲ ਦਾ ਵਾਰ ਕਰਤਾ ਜਿਹਦੇ ਨਾਲ ਉਹ ਸਾਡੇ ਕੋਲ ਵੀਡੀਓ ਕਹਿੰਦਾ ਆ ਰਹੀ ਹੈ। ਤੋ ਉਹ ਵਾਰ ਕਰਦਾ ਨਜ਼ਰ ਆ ਰਿਹਾ ਹੈ, ਅਸੀਂ ਉਹਦੇ ਅਕੋਰਡਿੰਗ ਉਹਦਾ ਆਪਣਾ ਬ੍ਰਦਰ ਸਾਡੇ ਕੋਲ ਆ ਗਿਆ ਛੋਟਾ ਭਾਈ ਸੰਜੀਵ ਕੁਮਾਰ, ਉਹਦੀ ਸਟੇਟਮੈਂਟ ਉੱਤੇ ਜਿਹੜਾ ਹੈ ਉਹ ਮਰਡਰ ਦਾ ਪਰਚਾ ਦਰਜ ਕਰ ਰਹੇ ਹਾਂ। ਕਿਉਂਕਿ ਵੀ ਅਸੀਂ ਰਾਊਂਡ ਅਪ ਕਰ ਲਿਆ, ਪਰਚਾ ਦਰਜ ਕਰ ਰਹੇ ਹਾਂ, ਉਸ ਤੋਂ ਬਾਅਦ ਉਹਦੀ ਜਿਹੜੀ ਗ੍ਰਿਫਤਾਰੀ ਵੀ ਕਸਬਤ ਕਰਾਂਗੇ। ਬੇਸਿਕਲੀ ਉਹ ਜਿਹੜੇ ਹੈਗਾ ਇਹਨਾਂ ਦਾ ਕੋਈ ਪੈਸਿਆਂ ਦੇ ਲੈਣ ਦੇਣ ਤੋਂ ਮਾੜੀ ਮੋਟੀ ਤਕਰਾਰ ਹੋਈ ਹੈ। ਤੋ ਕਿਉਂਕਿ ਉਹਨੇ ਨਸ਼ਾ ਨੁਸ਼ਾ ਕੀਤਾ ਹੋਇਆ ਸੀਗਾ, ਦਾਰੂ ਦੂਰੂ ਪੀਤੀ ਹੋਈ ਸੀ, ਉਹ ਦਾਰੂ ਦੇ ਲੋੜ ਦੇ ਵਿੱਚ ਹੀ ਉਹਨੇ ਉਹਦੇ ਅਟੈਕ ਕਰਤਾ।